ਸਤਿ ਸ਼੍ਰੀ ਅਕਾਲ ਲੋਕਾਂ ਨੂੰ ਪੰਜਾਬੀ ਤੇ ਸਵਾਗਤ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਮੌਜੂਦ ਨੇ ਸਿਆਸੀ ਮਾਹਿਰ ਡਾਕਟਰ ਭੇਮਿੰਦਰ ਸਿੰਘ ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਧੰਨਵਾਦ ਪੰਗੂ ਸਾਹਿਬ ਜੀ ਦੋਸਤੋ ਅੱਜ ਅਹਿਮ ਵਿਸ਼ਿਆਂ ਤੇ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਬੇਅਦਬੀਆਂ ਦਾ ਜਿਹੜਾ ਸਿਲਸਿਲਾ ਉਹ ਰੁਕ ਨਹੀਂ ਰਿਹਾ ਇੱਕ ਥਾਂ ਦੇ ਉੱਪਰ ਫਿਰ ਬੇਅਦਬੀ ਹੋ ਗਈ ਪੰਜਾਬ ਨੂੰ ਬਲਦੀ ਦੇ ਬੂਥੇ ਦੇ ਵਿੱਚ ਧੱਕਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਲਗਾਤਾਰ ਜਾ ਰਹੀ ਨੇ ਪਤਾ ਨਹੀਂ ਕਿਉਂ ਕੌਣ ਉਹ ਲੋਕ ਨੇ ਬੇਅਦਬੀ ਕਰਕੇ ਕਿੱਥੇ ਚਲੇ ਜਾਂਦੇ ਨੇ ਸੈਂਕੜੇ ਬੇਅਦਬੀਆਂ ਹੋ ਗਈਆਂ ਪਰ ਬੰਦੇ ਨਹੀਂ ਫੜੇ ਗਏ ਇਹਦੇ 'ਤੇ ਗੱਲਬਾਤ ਕਰਾਂਗੇ ਕਿੱਥੇ ਬੇਅਦਬੀ ਹੋਈ ਇਸ ਤੋਂ ਇਲਾਵਾ ਸਿਆਸਤ ਦੇ ਉੱਪਰ ਗੱਲਬਾਤ ਹੋਊਗੀ ਸ਼੍ਰੋਮਣੀ ਕਮੇਟੀ ਅਤੇ ਇੱਕ ਚੈਨਲ ਗੁਰਬਾਣੀ ਪ੍ਰਸਾਰਣ ਦਾ ਮਾਮਲਾ ਪੰਜਾਬ ਸਰਕਾਰ ਵੱਲੋਂ ਬੀਤੇ ਦਿਨ ਇੱਕ ਗਵਰਨਰ ਨੂੰ ਚਿੱਠੀ ਵੀ ਲਿਖੀ ਗਈ ਸੀ ਅਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਨਾ ਆਖਰ ਉਹ ਵਿਵਾਦ ਹੁਣ ਕਿੱਥੇ ਕੁ ਖੜਿਆ ਉਹਦੇ 'ਚ ਨਵੀਂ ਡਿਵੈਲਪਮੈਂਟ ਕੀ ਹੈ ਸਹੀ ਕੌਣ ਹੈ ਗਲਤ ਕੌਣ ਹੈ ਇਹ ਵਿਸ਼ਾ ਲਗਾਤਾਰ ਨਾਲ ਦੀ ਨਾਲ ਚੱਲ ਰਿਹਾ ਇਸ ਵਿਸ਼ੇ ਨੂੰ ਵਿਛੋਵਾਂਗੇ ਇਹਦੇ 'ਤੇ ਵੀ ਗੱਲਬਾਤ ਕਰਾਂਗੇ ਪਰ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਗੁਰਦਾਸਪੁਰ ਦੀਨਾਨਗਰ ਹਲਕੇ ਦਾ ਇੱਕ ਪਿੰਡ ਹੈ ਬਹਿਰਾਮਪੁਰ ਉੱਥੇ ਫਿਰ ਇੱਕ ਬੇਅਦਬੀ ਦੀ ਜਿਹੜੀ ਘਟਨਾ ਉਹ ਘਟਨਾ ਸਾਹਮਣੇ ਆਈ ਹੈ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਉਹ ਘਟਨਾ ਪਤਾ ਨਹੀਂ ਕੌਣ ਉਹ ਲੋਕ ਨੇ ਕੌਣ ਇਹਨਾਂ ਨੂੰ ਭੇਜਦਾ ਕਿੱਥੇ ਆਹ ਚਲੇ ਜਾਂਦੇ ਨੇ ਕਦੇ ਬੰਦੇ ਕਿਉਂ ਨਹੀਂ ਫੜੇ ਜਾਂਦੇ ਹੈਗੇ ਲਗਾਤਾਰ 15 ਤੋਂ ਬਾਅਦ ਜਿਹੜਾ ਬੇਅਦਬੀ ਦਾ ਸਿਲਸਿਲਾ ਲਗਾਤਾਰ ਉਹਦੇ 'ਚ ਵਾਧਾ ਹੋਇਆ ਗੱਲ ਪਿੱਛੇ ਨਹੀਂ ਮੁੜੀ ਹੈਗੀ ਇਨਸਾਫ਼ ਨੂੰ ਵੀ ਸਿੱਖ ਤਰਸਦੇ ਨੇ ਇਨਸਾਫ਼ ਵੀ ਨਹੀਂ ਮਿਲੇ ਉੱਪਰੋਂ ਸ਼ਿਕਾਰ ਜ਼ਰੂਰ ਕੌਮ ਹੋ ਜਾਂਦੀ ਹੈ ਜੀ ਬਿਲਕੁਲ ਦੇਖੋ ਪਿਛਲੇ ਲੰਬੇ ਸਮੇਂ ਤੋਂ ਜਦੋਂ ਅਸੀਂ ਕਈ ਸਾਲਾਂ ਤੋਂ ਦੇਖ ਰਹੇ ਹਾਂ ਔਰ ਬੇਅਦਬੀਆਂ ਹੁੰਦੀਆਂ ਨੇ ਔਰ ਪੋਲੀਟੀਕਲ ਜਾਂ ਸਿਆਸੀ ਜਿਹੜੇ ਇਰਾਦੇ ਹੁੰਦੇ ਨੇ ਲੋਕਾਂ ਦੇ ਵੱਖ ਵੱਖ ਧਿਰਾਂ ਦੇ ਵੱਖ ਵੱਖ ਪਾਰਟੀਆਂ ਦੇ ਉਹ ਕਿਤੇ ਨਾ ਕਿਤੇ ਇਹਨਾਂ ਬੇਅਦਬੀਆਂ ਦੇ ਪਿੱਛੇ ਛਿਪੇ ਹੁੰਦੇ ਨੇ ਕਿਉਂਕਿ ਜਿਵੇਂ ਤੁਸੀਂ ਕਿਹਾ ਹੈ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਔਰ ਸਰਹੱਦੀ ਸੂਬਾ ਹੋਣ ਕਰਕੇ ਇੱਥੇ ਬਹੁਤ ਸਾਰੇ ਜਿਵੇਂ ਹਮੇਸ਼ਾ ਹੀ ਤੁਸੀਂ ਦੇਖੋਗੇ ਕਿ ਖਤਰੇ ਦੀ ਜਿਹੜੀ ਘੰਟੀ ਹੈ ਉਹ ਰਹਿੰਦੀ ਹੈ ਔਰ ਇਹਦਾ ਕਾਰਨ ਮੈਨੂੰ ਜਦੋਂ ਆਪਾਂ ਇਹਨੂੰ ਗਹਿਰਾਈ 'ਚ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਿਆਸੀ ਮੈਨੂੰ ਲੱਗਦਾ ਹੈ ਕਿ ਜ਼ਿਆਦਾ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਇਹ ਸਿਆਸੀ ਸਥਿਰ ਨਾ ਹੋ ਜਾਏ ਜਿੰਨੀ ਦੇਰ ਸਿਆਸੀ ਸਥਿਰਤਾ ਨਹੀਂ ਆਉਂਦੀ ਕੋਈ ਵੀ ਸੂਬੇ ਦੇ ਵਿੱਚ ਤਾਂ ਉਨੀ ਦੇਰ ਉਹ ਤਰੱਕੀ ਨਹੀਂ ਕਰ ਸਕਦਾ ਇਸ ਕਰਕੇ ਪੰਜਾਬ ਨੂੰ ਹਮੇਸ਼ਾ ਤਰੱਕੀ ਦੀਆਂ ਲੀਹਾਂ ਤੋਂ ਹਟਾਉਣ ਦੇ ਲਈ ਇੱਥੇ ਇੱਦਾਂ ਦੀਆਂ ਜਿਹੜੀਆਂ ਗੜਬੜਾਂ ਨੇ ਇੱਥੇ ਇੱਦਾਂ ਦੀਆਂ ਜਿਹੜੀਆਂ ਬੇਅਦਬੀਆਂ ਨੇ ਉਹ ਕਰਵਾਈਆਂ ਜਾਂਦੀਆਂ ਨੇ ਇਹ ਨਹੀਂ ਕਿ ਆਪਣੇ ਆਪ ਹੀ ਹੋ ਜਾਂਦੀਆਂ ਨੇ ਕੋਈ ਨਾ ਕੋਈ ਧਿਰਾਂ ਜ਼ਰੂਰ ਹੁੰਦੀਆਂ ਨੇ ਖਾਸ ਤੌਰ 'ਤੇ ਜਿਹੜੀਆਂ ਪੋਲੀਟੀਕਲ ਧਿਰਾਂ ਨੇ ਉਹ ਇਹਦੇ ਪਿੱਛੇ ਕੰਮ ਕਰਦੀਆਂ ਨੇ ਔਰ ਪਿਛਲਾ ਤੁਸੀਂ ਇਤਿਹਾਸ ਚੱਕ ਕੇ ਦੇਖ ਲਓ ਕਿ ਜਿਹੜੇ ਲੋਕਾਂ ਦੇ ਮੁਫਾਦ ਜਿਹੜੇ ਲੋਕਾਂ ਦੇ ਹਿੱਤ ਇਹਨਾਂ ਬੇਅਦਬੀਆਂ ਦੇ ਪਿੱਛੇ ਛੁਪੇ ਹੁੰਦੇ ਨੇ ਉਹ ਲੋਕ ਆਮ ਲੋਕਾਂ ਨੂੰ ਅੱਗੇ ਲਾ ਕੇ ਇੱਦਾਂ ਦੇ ਕੰਮ ਕਰਾਉਂਦੇ ਨੇ ਔਰ ਆਪਣੇ ਪੋਲੀਟੀਕਲ ਹਿੱਤ ਜਿਹੜੇ ਨੇ ਉਹ ਪੂਰੇ ਕਰਦੇ ਆ ਸੋ ਇਹੀ ਗੱਲ ਜਿਹੜੀ ਹੁਣ ਤਾਜ਼ੀ ਬੇਅਦਬੀ ਹੋਈ ਹੈ ਉੱਥੋਂ ਸਮਝ ਆ ਰਹੀ ਹੈ ਔਰ ਕਿਉਂਕਿ ਪੰਜਾਬ ਬਹੁਤ ਸਾਰੇ ਭਾਈਚਾਰਿਆਂ 'ਚ ਵੰਡਿਆ ਹੋਇਆ ਹੈ ਬਹੁਤ ਸਾਰੇ ਧਰਮਾਂ 'ਚ ਵੰਡਿਆ ਹੋਇਆ ਹੈ ਬਹੁਤ ਸਾਰੇ ਜਿਹੜੇ ਇੱਦਾਂ ਦੇ ਇਹਦੇ ਵਿੱਚ ਛੋਟੇ ਤੋਂ ਲੈ ਕੇ ਵੱਡੇ ਭਾਈਚਾਰੇ ਨੇ ਜਿਹੜੇ ਆਪਸ ਦੇ ਵਿੱਚ ਵੰਡੇ ਹੋਏ ਨੇ ਉਸ ਵੰਡ ਦਾ ਫਾਇਦਾ ਉਠਾਉਣ ਦੇ ਲਈ ਉਸ ਵੰਡ ਤੋਂ ਬਹੁਤ ਸਾਰੇ ਜਿਹੜੇ ਸਿਆਸੀ ਲੋਕ ਨੇ ਉਹ ਫਾਇਦਾ ਉਠਾਉਣਾ ਚਾਹੁੰਦੇ ਨੇ ਔਰ ਇਸ ਕਰਕੇ ਵਾਰ ਵਾਰ ਇਹ ਬੇਅਦਬੀਆਂ ਹੁੰਦੀਆਂ ਨੇ ਔਰ ਜਿੰਨੀ ਦੇਰ ਇਹਦਾ ਹੁਣ ਗੱਲ ਇਹ ਵੀ ਇਹ ਕਿੰਨੀ ਕੁ ਦੇਰ ਚੱਲੇਗਾ ਜਿੰਨੀ ਦੇਰ ਕੋਈ ਐਸੇ ਕਾਨੂੰਨ ਨਹੀਂ ਬਣਨੇ ਜਿਹੜੇ ਕਿ ਬਹੁਤ ਸਖ਼ਤ ਕਾਨੂੰਨ ਹੋਣ ਔਰ ਸਮੇਂ ਸਿਰ ਦਾ ਮਤਲਬ ਹੈ ਕਿ ਬਹੁਤ ਵੱਜਵੇਂ ਸਮੇਂ ਦੇ ਵਿੱਚ ਇਹਨਾਂ ਕਾਨੂੰਨਾਂ ਦੇ ਅਨੁਸਾਰ ਜਿਹੜੀ ਹੈਗੀ ਜਿਹੜਾ ਵੀ ਬੰਦਾ ਬੇਅਦਬੀ ਕਰਦਾ ਜਿਹੜੀ ਵੀ ਤੇਰੇ ਦੇ ਪਿੱਛੇ ਕੰਮ ਕਰਦੀ ਹੈ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਔਰ ਲੋਕਾਂ ਦੇ ਸਾਹਮਣੇ ਸਜ਼ਾਵਾਂ ਦਿੱਤੀਆਂ ਜਾਣ ਫਿਰ ਤਾਂ ਦੇਖੋ ਇਹ ਮਸਲੇ ਹੱਲ ਹੋ ਸਕਦੇ ਨੇ ਅਦਰਵਾਈਜ਼ ਜਿਵੇਂ ਹੁਣ ਕਾਨੂੰਨ ਜੋ ਬਣੇ ਹੋਏ ਨੇ ਜਿਵੇਂ ਕਾਨੂੰਨ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਉਹ ਜ਼ਮਾਨਤਾਂ ਕਰਾ ਕੇ ਬਾਹਰ ਆ ਜਾਂਦੇ ਨੇ ਜਾਂ ਬਰੀ ਹੋ ਜਾਂਦੇ ਨੇ ਇਹੋ ਜਿਹੇ ਲੋਕ ਬਾਅਦ ਦੇ ਵਿੱਚ ਤਾਂ ਜੇਕਰ ਇੱਦਾਂ ਦੇ ਕਾਨੂੰਨ ਬਣੇ ਰਹਿਣਗੇ ਤਾਂ ਇਹ ਬੇਅਦਬੀਆਂ ਹੁੰਦੀਆਂ ਰਹਿਣਗੀਆਂ ਔਰ ਸਿਆਸੀ ਲੋਕਾਂ ਦੇ ਹਿੱਤ ਇਹਦੇ ਨਾਲ ਜੁੜੇ ਹੋਣ ਕਰਕੇ ਇਹ ਲੋਕ ਜਿਹੜੇ ਨੇ ਇੱਦਾਂ ਹੀ ਬੇਅਦਬੀਆਂ ਕਰਾਉਂਦੇ ਰਹਿਣਗੇ ਸੋ ਇੱਕੋ ਹੀ ਹੱਲ ਹੈ ਬਹੁਤ ਸਖ਼ਤੀ ਵਾਲਾ ਕਾਨੂੰਨ ਬਣੇ ਔਰ ਇਕੱਲਾ ਕਾਨੂੰਨ ਬਣੇ ਹੀ ਨਾ ਉਹਦੇ ਉੱਤੇ ਲਾਗੂ ਵੀ ਉਹ ਹੋਵੇ ਔਰ ਉਹਦੇ ਉੱਤੇ ਸਖ਼ਤੀ ਦੇ ਨਾਲ ਪਹਿਰਾ ਦਿੱਤਾ ਜਾਵੇ
ਫਿਰ ਕਿਤੇ ਜਾ ਕੇ ਇਹ ਬੇਅਦਬੀਆਂ ਜਿਹੜੀਆਂ ਨੇ ਹਟ ਸਕਦੀਆਂ ਨੇ। ਅਦਰਵਾਈਜ਼ ਇਹ ਲੋਕ ਜਿਹੜੇ ਨੇ, ਜਿਹੜੇ ਚਤੁਰ ਲੋਕ ਨੇ, ਜਿਹੜੇ ਕਿ ਇਹਨਾਂ ਦੇ ਪਿੱਛੇ ਕੰਮ ਕਰਦੇ ਚਤੁਰ ਲੋਕ ਨੇ, ਕਮੀਨੇ ਲੋਕ ਨੇ, ਘਟੀਆ ਲੋਕ ਨੇ, ਉਹ ਲੋਕ ਆਮ ਲੋਕਾਂ ਨੂੰ ਵਰਤ ਕੇ ਬੇਅਦਬੀਆਂ ਕਰਵਾ ਲੈਂਦੇ ਨੇ ਔਰ ਆਮ ਲੋਕ ਲੜਦੇ ਨੇ, ਔਰ ਲੜਨ ਦਾ ਉਹਨਾਂ ਦਾ ਇਹ ਫਾਇਦਾ ਹੁੰਦਾ ਕਿ ਵੋਟਾਂ ਵੰਡੀਆਂ ਜਾਂਦੀਆਂ ਨੇ, ਔਰ ਵੋਟਾਂ ਵੰਡਣ ਦਾ ਮਤਲਬ ਹੈ ਕਿ ਸੱਤਾ ਜਿਹੜੀ ਹੈਗੀ ਹੈ ਉਹਨਾਂ ਲੋਕਾਂ ਕੋਲ ਆ ਜਾਂਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਹੁਣ ਤੱਕ ਜਦੋਂ ਅਸੀਂ ਇਤਿਹਾਸ ਦੇਖਦੇ ਹਾਂ ਬੇਅਦਬੀਆਂ ਦਾ, ਉਹਦੇ ਪਿੱਛੇ ਇਹ ਜਿਹੜੇ ਕੰਮ ਕਰਦੇ ਜਿਹੜੇ ਮਕਸਦ ਨੇ ਲੋਕਾਂ ਦੇ, ਉਹ ਦਿਖਾਈ ਦਿੰਦੇ ਨੇ। ਸੋ ਇਸ ਤੋਂ ਇਲਾਵਾ ਹੋਰ ਕੋਈ ਵੱਡੇ ਕਾਰਨ ਮੈਨੂੰ ਨਜ਼ਰ ਨਹੀਂ ਆ ਰਹੇ ਭੰਗੂ ਸਾਹਿਬ। ਜੀ ਡਾਕਟਰ ਸਾਹਿਬ, ਦੇਖੋ ਮੈਂ ਸ਼ੁਰੂ ਚ ਵੀ ਜ਼ਿਕਰ ਕੀਤਾ ਸੀ ਕਿ ਕੌਣ ਇਹ ਲੋਕ ਨੇ, ਕੌਣ ਇਹਨਾਂ ਨੂੰ ਭੇਜਦਾ, ਕਿੱਥੇ ਗੱਲ ਖਤਮ ਹੋ ਜਾਂਦੀ ਹੈ, ਕਿਹੜੀਆਂ ਤਾਕਤਾਂ ਪਿੱਛੇ ਨੇ, ਕਿਹੜੇ ਮੋਟਿਵ ਪਿੱਛੇ ਨੇ, ਬੇਅਦਬੀਆਂ ਕਿਉਂ ਹੋ ਜਾਂਦੀਆਂ ਨੇ, ਕਦੇ ਗੱਲ ਸਾਹਮਣੇ ਕਿਉਂ ਨਹੀਂ ਆਈ। ਸਰਕਾਰਾਂ ਹੁੰਦੀਆਂ ਨੇ, ਪ੍ਰਸ਼ਾਸਨ ਹੁੰਦਾ, ਤਕਰੀਬਨ ਤੁਸੀਂ ਦੇਖ ਲਓ ਕਿ 15 ਤੋਂ ਲੈ ਕੇ ਹੁਣ 25 ਆਉਣ ਵਾਲਾ ਦਹਾਕਾ ਬੀਤ ਜਾਊਗਾ ਇੱਕ, ਪਰ ਬਿਲਕੁਲ ਟਰਾਂਸਪੇਰੈਂਟ ਕੋਈ ਗੱਲ ਨਹੀਂ ਹੁੰਦੀ ਹੈਗੀ, ਪਾਰਦਰਸ਼ਤਾ ਦਿਖਦੀ ਨਹੀਂ ਇਹਦੇ 'ਚ ਹੈਗੀ ਕਿ ਕੌਣ ਕਰ ਗਿਆ, ਕਿਉਂ ਕਰ ਗਿਆ, ਆਖਿਰ ਕਿਉਂ ਪਰਦਾ ਰਹਿ ਜਾਂਦਾ ਡਾਕਟਰ ਸਾਹਿਬ? ਉਹ ਇਸ ਲਈ ਹੈ ਕਿਉਂਕਿ ਥੱਲੇ ਤੋਂ ਲੈ ਕੇ ਉੱਪਰ ਤੱਕ ਜਿਹੜਾ ਸਾਡਾ ਸਿਸਟਮ ਹੈ, ਚਾਹੇ ਉਹ ਪੋਲੀਟੀਕਲ ਸਿਸਟਮ ਹੈ, ਚਾਹੇ ਉਹ ਪ੍ਰਬੰਧਕੀ ਸਿਸਟਮ ਹੈ, ਚਾਹੇ ਉਹ ਪੁਲਿਸ ਦਾ ਸਿਸਟਮ ਹੈ, ਕਿਤੇ ਨਾ ਕਿਤੇ ਉਹਨਾਂ ਦੇ ਵੀ ਆਪਣੇ ਆਪਣੇ ਹਿੱਤ ਜਿਹੜੇ ਨੇ ਇੱਕ ਦੂਸਰੇ ਧਿਰਾਂ ਦੇ ਨਾਲ ਜੁੜੇ ਹੁੰਦੇ ਨੇ, ਔਰ ਉਹ ਜਿਹੜੇ ਸਿਸਟਮ ਦੇ ਵਿੱਚ ਹਿੱਸੇਦਾਰ ਹੁੰਦੇ ਨੇ, ਉਹ ਉਹਨਾਂ ਨੂੰ ਲੱਗਦਾ ਹੈ ਕਿ ਇੱਦਾਂ ਬੇਅਦਬੀਆਂ ਕਰਵਾ ਕੇ ਅਸੀਂ ਲੋਕਾਂ ਦੀ ਜਿਹੜੀ ਭਾਈਚਾਰਕ ਵੰਡ ਹੈ, ਚਾਹੇ ਧਾਰਮਿਕ ਵੰਡ ਹੈ, ਚਾਹੇ ਉਹਨਾਂ ਦੇ ਵੱਖ ਵੱਖ ਜਿਹੜੇ ਨੇ, ਜਿਵੇਂ ਤੁਸੀਂ ਆਪਾਂ ਸਾਰੇ ਜਾਣਦੇ ਹਾਂ ਕਿ ਬਹੁਤ ਸਾਰੀਆਂ ਧਰਮ ਇੱਕੋ ਧਰਮ ਦੇ ਵਿੱਚ ਬਹੁਤ ਸਾਰੇ ਅੱਗੇ ਉਹਨਾਂ ਦੀਆਂ ਸ਼ਾਖਾਵਾਂ ਹੁੰਦੀਆਂ ਨੇ। ਸੋ ਇਸ ਕਰਕੇ ਉਹਨਾਂ ਸ਼ਾਖਾਵਾਂ ਨੂੰ ਉਹ ਵਰਤਦੇ ਨੇ ਇੱਕ ਦੂਸਰੇ ਦੇ ਖਿਲਾਫ, ਔਰ ਜਦੋਂ ਇੱਕ ਦੂਸਰੇ ਦੇ ਖਿਲਾਫ ਵਰਤਦੇ ਨੇ ਤਾਂ ਇਹ ਸਾਰੀਆਂ ਬੇਅਦਬੀਆਂ ਜਿਹੜੀਆਂ ਨੇ ਹੁੰਦੀਆਂ ਨੇ। ਜਦੋਂ ਕਿ ਭੰਗੂ ਸਾਹਿਬ ਇੱਕ ਗੱਲ ਸਮਝਣ ਵਾਲੀ ਹੈ ਕਿ ਜਿੰਨੇ ਵੀ ਦੁਨੀਆਂ ਦੇ ਧਰਮ ਨੇ, ਚਾਹੇ ਕੋਈ ਹਿੰਦੂ ਧਰਮ ਦੇ ਵਿੱਚ ਬਹੁਤ ਸਾਰੀਆਂ ਸ਼ਾਖਾਵਾਂ ਨੇ, ਚਾਹੇ ਸਿੱਖ ਧਰਮ ਦੀਆਂ ਬਹੁਤ ਸਾਰੀਆਂ ਸ਼ਾਖਾਵਾਂ ਨੇ, ਚਾਹੇ ਮੁਸਲਿਮ ਭਾਈਚਾਰੇ ਦੀਆਂ, ਸਾਰੇ ਧਰਮ ਇਹੀ ਕਹਿੰਦੇ ਨੇ ਕਿ ਪਰਮਾਤਮਾ ਇੱਕੋ ਹੀ ਹੈ, ਸਾਨੂੰ ਇੱਕ ਦੂਸਰੇ ਦੇ ਧਰਮ ਦੀ ਇੱਜ਼ਤ ਕਰਨੀ ਚਾਹੀਦੀ ਹੈ, ਇੱਕ ਦੂਜੇ ਦੇ ਧਰਮ ਦੇ ਬਾਰੇ ਜਿਹੜੀ ਹੈਗੀ ਹੈ ਚਿੱਕੜੂ ਸਾਲੀ ਨਹੀਂ ਕਰਨੀ ਚਾਹੀਦੀ, ਜਾਂ ਇੱਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਸੋ ਧਰਮ ਤਾਂ ਸਾਰੇ ਇੱਕੋ ਇਹ ਦਿਸ਼ਾ ਵੱਲ ਚੱਲਦੇ ਨੇ, ਪਰ ਧਰਮਾਂ ਦੇ ਜਿਹੜੇ ਠੇਕੇਦਾਰ ਹੁੰਦੇ ਆ, ਜਿਹੜੇ ਧਰਮਾਂ ਦੇ ਨਾਂ ਦੇ ਉੱਤੇ ਆਪਣੀਆਂ ਰੋਟੀਆਂ ਸੇਕਦੇ ਨੇ, ਉਹਨਾਂ ਦੇ ਹਿੱਤ ਇੱਦਾਂ ਦੀਆਂ ਬੇਅਦਬੀਆਂ ਦੇ ਵਿੱਚ ਬਹੁਤ ਜ਼ਿਆਦਾ ਜੁੜੇ ਹੁੰਦੇ ਨੇ। ਸੋ ਉਸ ਕਰਕੇ ਇਹ ਜਿਵੇਂ ਤੁਸੀਂ ਸਵਾਲ ਪੁੱਛਿਆ ਹੈ ਕਿ ਉਹ ਸਾਰੀ ਚੀਜ਼ਾਂ ਨੂੰ ਮੈਨੇਜ ਕਰਦੇ ਨੇ, ਉਹ ਬਹੁਤ ਸਾਰੀਆਂ ਚੀਜ਼ਾਂ ਨੂੰ, ਜਿਵੇਂ ਮੰਨ ਲਓ ਕੋਈ ਕਾਰਵਾਈ ਹੋਣੀ ਹੈ ਕਿਸੇ ਦੇ ਉੱਤੇ, ਉਹਨੂੰ ਵੀ ਉਹ ਮੈਨੇਜ ਕਰਦੇ ਆ, ਕੋਈ ਕੇਸ ਅਦਾਲਤ ਦੇ ਵਿੱਚ ਜਾਣਾ ਹੈ ਉਹਨੂੰ ਵੀ ਉਹ ਮੈਨੇਜ ਕਰਦੇ ਆ, ਕੋਈ ਕਿਸੇ ਚੀਜ਼ ਦੇ ਬਾਰੇ ਜਾਂ ਕੋਈ ਕੇਸ ਸਾਹਮਣੇ ਆ ਗਿਆ ਉਹਨੂੰ ਕੋਈ ਸਜ਼ਾ ਦਵਾਉਣੀ ਹੈ ਤਾਂ ਉਹਨੂੰ ਵੀ ਉਹ ਮੈਨੇਜ ਕੀਤਾ ਜਾਂਦਾ। ਸੋ ਸਾਰੀਆਂ ਚੀਜ਼ਾਂ ਨੂੰ ਇਹ ਜਿਹੜੇ ਲੋਕ ਨੇ ਪਿੱਛੇ ਰਹਿ ਕੇ ਕੰਮ ਕਰਨ ਵਾਲੇ, ਉਹਨੂੰ ਜਦੋਂ ਮੈਨੇਜ ਕਰ ਲੈਂਦੇ ਨੇ ਤਾਂ ਲੋਕਾਂ ਨੂੰ ਇਹ ਲੱਗਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਬਹੁਤ ਆਸਾਨ ਹੋ ਜਾਂਦੀਆਂ ਨੇ, ਔਰ ਆਮ ਲੋਕ ਜਿਹੜੇ ਨੇ ਉਹਨਾਂ ਦੇ ਛਲਾਵੇ 'ਚ ਆ ਜਾਂਦੇ ਨੇ, ਔਰ ਇੱਦਾਂ ਦੀਆਂ ਘਟਨਾਵਾਂ ਨੂੰ ਉਹ ਜਿਹੜੀਆਂ ਨੇ ਕਰਦੇ ਆ, ਔਰ ਜਿਹਦੇ ਕਰਕੇ ਆਪਸੀ ਭਾਈਚਾਰਾ ਜਿਹੜਾ ਹੈਗਾ ਟੁੱਟਦਾ ਹੈ, ਔਰ ਇਹਨਾਂ ਸਿਆਸਤਦਾਨਾਂ ਦਾ, ਇਹਦੇ ਪਿੱਛੇ ਕੰਮ ਕਰਨ ਵਾਲੀਆਂ ਧਿਰਾਂ ਦਾ ਜਿਹੜਾ ਹੈਗਾ ਆਪਣਾ ਉਹ ਸਾਰਾ ਉਹ ਸਾਰੀਆਂ ਚੀਜ਼ਾਂ ਉਹਨਾਂ ਦੀਆਂ ਹੋ ਹੀ ਜਾਂਦੀਆਂ ਨੇ, ਔਰ ਇਹ ਲੋਕ ਕਾਮਯਾਬ ਹੋ ਜਾਂਦੇ ਨੇ, ਆਮ ਲੋਕ ਜਿਹੜੇ ਨੇ ਡਿਵਾਈਡ ਐਂਡ ਰੂਲ ਦਾ ਸ਼ਿਕਾਰ ਹੋ ਜਾਂਦੇ ਨੇ, ਵੰਡੋ ਤੇ ਰਾਜ ਕਰੋ ਦੀ ਨੀਤੀ ਦਾ ਸ਼ਿਕਾਰ ਹੁੰਦੇ ਨੇ, ਜਿਹਦੇ ਕਰਕੇ ਸਾਡਾ ਸਮਾਜ ਨਾ ਤਾਂ ਤਰੱਕੀ ਕਰ ਸਕਦਾ ਹੈ, ਨਾ ਅੱਗੇ ਵੱਧ ਸਕਦਾ ਹੈ, ਔਰ ਬਹੁਤ ਸਾਰੀਆਂ ਜਿਹੜੀਆਂ ਕੰਮ ਤੁਸੀਂ ਕਰਨੇ ਹੁੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਾਂ ਸਮਾਜ ਦੇ ਲਈ, ਉਹਦੇ ਤੋਂ ਤੁਸੀਂ ਹਟ ਜਾਂਦੇ ਹੋ, ਸਿਰਫ ਤੁਹਾਡਾ ਧਿਆਨ ਜਿਹੜਾ ਹੈਗਾ ਇੱਧਰ ਲੱਗ ਜਾਂਦਾ ਹੈ। ਸੋ ਇਸ ਕਰਕੇ ਇਹਨਾਂ ਲੋਕਾਂ ਨੂੰ ਇਹ ਇੱਦਾਂ ਦੀਆਂ ਬੇਅਦਬੀਆਂ ਬਹੁਤ ਸੂਟ ਕਰਦੀਆਂ ਨੇ ਭੰਗੂ ਸਾਹਿਬ ਜੀ। ਡਾਕਟਰ ਸਾਹਿਬ, ਸਿਆਸਤ ਦਾ ਰੁਖ ਕਰ ਲੈਂਦੇ ਹਾਂ, ਸ਼੍ਰੋਮਣੀ ਕਮੇਟੀ ਦਾ ਗੁਰਬਾਣੀ ਪ੍ਰਸਾਰਣ ਵਾਲਾ ਮਾਮਲਾ 24 ਜੁਲਾਈ ਦਾ ਦਿਨ ਰੱਖਿਆ ਗਿਆ ਕਿ ਉਦੋਂ ਅਸੀਂ ਆਪਣਾ ਚੈਨਲ ਸ਼ੁਰੂ ਕਰ ਲਾਂਗੇ। ਬੀਤੇ ਦਿਨ
एक चिट्ठी भी मुख्यमंत्री पंजाब वालों गवर्नर साहब नूं लिखी गई सी ते अज श्रोमणी अकाली दल ने प्रेस कॉन्फ्रेंस की है। महेश इंद्र गरेवाल बोल रहे सी, वह कहिंदे कि हुण तां गल क्लीयर होगी कि सारा जिहड़ा आह रूट है सारा ही पोलिटिकल मोटिवेशन है इहदे च आम आदमी पार्टी की सरकार की, होर कोई मामला नहीं है, सिर्फ अपनी राजनीति कर रहे हैं इस विषय के उपर। बड़ा कुछ उन्होंने डॉक्यूमेंट तथा समेत भी मीडिया के सामने रखे। डॉक्टर साहब देखो, भंगू साहब एस जी पी सी एक नॉन पोलिटिकल जी संस्था है। एस जी पी सी का मकसद जिस मकसद भी ये बनी सी मकसद सीगा कि साढ़े जिहड़े गुरुद्वारा साहबान ने उन्हां दा प्रबंध चलाना, और जिहड़ा पोलिटिकल सिस्टम है वह एक वक्खरा सिस्टम है। और तुसी सारे जानते हैं, आपां सारे जानते हैं कि अकाली दल बादल ने किस तरह पिछले लंबे समय तो लगातार उन्होंने कोशिशां कर करके एस जी पी सी नूं कंट्रोल किया, साढ़े गुरद्वारा साहबान नूं कंट्रोल किया, और हर चीज़ ते उन्होंने कंट्रोल किया। सो इस करके अकाली दल जदों इदां दी प्रेस कॉन्फ्रेंस करता है खास तौर पर एस जी पी सी नूं लैके, तां मैनूं लगता है कि पोलिटिकल सब तो पहला तो वह इस चीज़ नूं कर रहा है। सियासीकरण एस जी पी सी का सब तो वध एस जी पी सी वालों किया, अकाली दल वालों किया गया है। सो इस करके बादल साहब नूं, सुखबीर बादल साहब नूं यह चाहिए है कि वह इंडिपेंडेंट छड़े एस जी पी सी नूं, और इहदे उत्ते उन्हां नूं अपना काम करन देना चाहिए। जे प्रेस कॉन्फ्रेंस एस जी पी सी दे प्रधान कर दे फिर यह गल समझ आनी सी, पर हुण एक पोलिटिकल पार्टी का बंदा यह कह रहा है जिन्हें जिस प्रधान ने पिछले लंबे समय तो एस जी पी सी दे कंट्रोल किया है कि इहदा सियासीकरण हो रहा है। सो मैनू यह गल समझ नहीं आती, एक हासोहीणी जी गल लगती है। लोगों नूं की वह बुद्धू बना रहा है कि हुण तक बादल साहब ने जो पॉलिटिक्स की एस जी पी सी नूं लैके कि वह सियासीकरण नहीं सीगा। सो इस करके इस वेले लोड़ तां यह है कि उन्हां दी सियासीकरण तो एस जी पी सी नूं आजाद करवाउणा। इस वेले पंजाबियां दी या सिखां दी सब तो बुनियादी लोड़ है कि एस जी पी सी नूं किसी पोलीटिकल धिर तो, कोई भी पोलीटिकल धिर है चाहे कोई भी उहदे च दखल अंदाजी करना चाहुंदी है उहदे तो आजाद कराया जाए, या जिन्हां ने दखल अंदाजी की है जिन्हां ने उहदे उत्ते पकड़ बनाई है उहदे तो आजाद करवाया जाए। इस वेले बुनियादी लोड़ तां यह है। सगों जदों प्रधान साहब यह गल करदे ने बादल साहब कि इहदे उत्ते सियासत हो रही है, तो यदा मतलब यही है कि सब तो वध सियासत का अकाली दल बादल जिहड़ा हैगा वह कर रहा है। सो जदों के जिस मकसद लई ये बनी सी, इस वेले 13 अरब करोड़ का जिहड़ा हैगा बजट है सालाना एस जी पी सी का, लगभग इस तो ज़्यादा हो सकता है। और जदों इन्ना बजट तुसी जेकर पंजाब दे एजुकेशन दे वरत्या जाए, पंजाब दे हैल्थ सिस्टम दे उत्ते वरत्या जाए, इहनूं तुसी प्लैनिंग दे नाल पंजाब की तरक्की लिए वरतोगे तो मैनूं लगता है कि पंजाब बहुत अगे जा सकता है, सिख बहुत अगे जा सकते हैं। सो ये पैसा जिहड़ा हैगा पंजाबियों के लिए सिखां के लिए जिहड़ा हैगा वरतना चाहिए, उन्हां दियां बुनियादी जिहड़ियां लोड़ां ने जिहड़े सिखां नूं लोड़ है उन्हां दी भलाई के लिए वरतना चाहिए, गुरद्वारा साहबान की सुरक्षा लिए वरतना चाहिए, और उन्हां नूं अगे किवें डिवेलप करना है उहदे लिए वरतिया जाना चाहिए। होर जो बहुत सारिया समस्यावां संकट आउंदे ने पंजाब दे उत्ते उन्हां दे लई वरतिया जाना चाहिए। जदों कि मैनूं इह लगदा है कि अकाली दल बादल जिन्नी देर कंट्रोल दे विच रखेगा एस जी पी सी नूं उन्नी देर इह सारिया चीज़ां संभव नहीं हो सकदियां। सो इस वेले बुनियादी लोड़ सारिया दी आपां दी इही इच्छा है कि पोलिटिकल सिस्टम तो एस जी पी सी नूं निजात दवाई जाए, उन्हूं आजाद रखिया जाए, और सिर्फ ते सिर्फ सिखां दी और पंजाबियों की और श्री साढ़े जिहड़े गुरद्वारा साहबान ने उन्हां दी सुरक्षा दे लई, उन्हां दी रक्षा दे लई, और उन्हां नूं होर किवें डिवेलप किया जा सकता है उहदे लई इह सारा जिहड़ा बजट है वह वरत्या जाना चाहिए। और इहदियां निरपक्ष चोणां होणियां चाहीदियां ने, और निरपक्ष कमेटी जिहड़ी वक्खरी कमेटी है नवीं कमेटी है वह जल्दी तो जल्दी चोणां दे राहीं डेमोक्रेटिक तरीके दे राहीं सामने आनी चाहीदी है। ਇਹ ਅੱਜ ਸਮੇਂ ਦੀ ਬੁਨਿਆਦੀ ਲੋੜ ਹੈ, ਨਾ ਕਿ ਇੱਦਾਂ ਦੇ ਜਿਹੜੇ ਬਿਆਨਬਾਜ਼ੀ 'ਚ ਲੋਕਾਂ ਨੂੰ ਉਲਝਾ ਕੇ ਇੱਕ ਦੂਜੇ 'ਤੇ ਦੋਸ਼ ਪ੍ਰਤੀ ਦੋਸ਼ ਲਾ ਕੇ ਲੋਕਾਂ ਨੂੰ ਬੁੱਧੂ ਬਣਾ ਕੇ। ਇਹ ਮੈਨੂੰ ਲੱਗਦਾ ਕਿ ਅੱਜ ਦਾ ਜਿਹੜਾ ਪੰਜਾਬ ਹੈ, ਅੱਜ ਦੇ ਜਿਹੜੇ ਸਿੱਖ ਨੇ ਉਹ ਇਹਨਾਂ ਦੀਆਂ ਜਿਹੜੀਆਂ
ਹੁਣ ਤੱਕ ਉਹ ਕਰਦੇ ਆ ਰਹੇ ਨੇ, ਚਲਾਕੀਆਂ ਦੇ ਨਾਲ ਲੋਕਾਂ ਨੂੰ ਜਿਹੜਾ ਹੈਗਾ ਲੁਭਾਉਂਦੇ ਆ ਰਹੇ ਨੇ, ਇੱਦਾਂ ਦੇ ਬਿਆਨ ਦੇ ਕੇ ਉਹਨਾਂ ਤੋਂ ਜਿਹੜਾ ਹੈਗਾ ਜ਼ਰੂਰ ਪੰਜਾਬ ਦੇ ਲੋਕ ਸੁਚੇਤ ਨੇ, ਸਿੱਖ ਸੁਚੇਤ ਨੇ, ਸੋ ਇਹਨਾਂ ਦੀਆਂ ਗੱਲਾਂ 'ਚ ਕਦੇ ਵੀ ਨਹੀਂ ਆਉਣਗੇ ਪਵਨ ਸਾਹਿਬ। ਜੀ ਡਾਕਟਰ ਸਾਹਿਬ, ਇੱਕ ਵਿਵਾਦ ਫਿਰ ਛਿੜ ਗਿਆ। ਮਾਨ ਸਾਹਿਬ ਨੇ ਵੀ ਇਹਦਾ ਟਵੀਟ ਕਰਤਾ, ਆਪਣੀ ਪੋਸਟ ਪਾ ਦੀ ਸੋਸ਼ਲ ਮੀਡੀਆ ਦੇ ਉੱਪਰ। ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਕਮੇਟੀ ਦਾ ਅਕਾਊਂਟ ਨੰਬਰ ਦੀ ਜਿਹੜੀ ਗੱਲ ਚੱਲਦੀ ਹੈ ਉਹਨੂੰ ਲੈ ਕੇ ਫਿਰ ਇੱਕ ਵਾਰ ਵਿਵਾਦ ਇਹ ਬਣ ਗਿਆ ਕਿ ਸਿਆਸਤਾਂ ਨੂੰ ਬਿਨਾਂ ਵਿਵਾਦ ਤੋਂ, ਬਿਨਾਂ ਡਿਸਪਿਊਟ ਤੋਂ ਕੋਈ ਰਾਹ ਨਹੀਂ ਦਿਸਦਾ। ਪੰਗੂ ਸਾਹਿਬ, ਮੇਰਾ ਕਹਿਣਾ ਇਹ ਹੈ ਕਿ ਜਿੰਨੀ ਦੇਰ ਅਸੀਂ SGPC ਨੂੰ ਸਿਆਸੀਕਰਨ ਤੋਂ ਆਜ਼ਾਦ ਨਹੀਂ ਕਰਾਉਂਦੇ, ਵੱਖ ਵੱਖ ਪਾਰਟੀ, ਕੋਈ ਵੀ ਪਾਰਟੀ ਹੈ ਜਿਹੜੀ ਇਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਦਖਲ ਅੰਦਾਜ਼ੀ ਕਰ ਚੁੱਕੀ ਹੈ, ਬਹੁਤ ਬੁਰੀ ਤਰ੍ਹਾਂ ਦਖਲ ਅੰਦਾਜ਼ੀ ਕਰ ਚੁੱਕੀ ਹੈ, ਜਿੰਨੀ ਦੇਰ ਉਸ ਤੋਂ ਛੁਟਕਾਰਾ ਨਹੀਂ ਮਿਲਦਾ ਔਰ ਆਜ਼ਾਦ ਤੌਰ 'ਤੇ ਆਪਣਾ ਕੰਮ ਨਹੀਂ ਕਰਦੀ, ਉਨੀ ਦੇਰ ਨਾ ਤਾਂ SGPC ਦਾ ਭਲਾ ਹੈ, ਨਾ ਇਹਨਾਂ ਦੇ ਪ੍ਰਧਾਨ ਦਾ ਭਲਾ ਹੈ, ਨਾ ਇਹਨਾਂ ਦੇ ਮੈਂਬਰਾਂ ਦਾ ਭਲਾ ਹੈ, ਨਾ ਗੁਰਦੁਆਰਾ ਸਾਹਿਬਾਨ ਦਾ ਭਲਾ ਹੈ, ਸੋ ਨਾ ਹੀ ਸਿੱਖਾਂ ਦਾ ਭਲਾ ਹੈ। ਸੋ ਇਸ ਕਰਕੇ ਜੇਕਰ ਅਸੀਂ SGPC ਨੂੰ ਸੱਚੀ ਮੁੱਚੀ ਦੀ SGPC ਬਣਾਉਣਾ ਚਾਹੁੰਦੇ ਹਾਂ, ਸੱਚੀ ਮੁੱਚੀ ਚਾਹੁੰਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੇ ਔਰ ਆਜ਼ਾਦ ਬਣੇ, ਤਾਂ ਲਾਜ਼ਮੀ ਤੌਰ 'ਤੇ ਸਾਨੂੰ ਸਿਆਸੀਕਰਨ ਤੋਂ ਇਹਨੂੰ ਬਚਾਉਣਾ ਪਏਗਾ, ਔਰ ਜਿਹੜੇ ਲੋਕ ਇਹਦੇ ਉੱਤੇ ਅੱਖ ਰੱਖੀ ਬੈਠੇ ਨੇ, ਇਹਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਤੋਂ ਬਚਾਉਣਾ ਹੋਏਗਾ, ਤਾਂ ਹੀ ਇਹਦਾ ਭਵਿੱਖ ਜਿਹੜਾ ਹੈਗਾ ਬਚੇਗਾ, ਨਹੀਂ ਤਾਂ ਇਹ ਹੌਲੀ 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 ਖਤਮ ਹੋ ਜਾਏਗੀ। ਪੰਗੂ ਸਾਹਿਬ ਜੀ, ਬਿਲਕੁਲ ਸਰ, ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ, ਤੁਹਾਡਾ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਸ਼ੁਕਰੀਆ। ਬਹੁਤ ਮਿਹਰਬਾਨੀ, ਧੰਨਵਾਦ, ਸ਼ੁਕਰੀਆ ਜੀ। ਸੋ ਦੋਸਤੋ, ਮੇਰੇ ਨਾਲ ਜੁੜੇ ਹੋਏ ਸੀ ਸਿਆਸੀ ਮਾਹਿਰ ਡਾਕਟਰ ਭੀਮਿੰਦਰ ਸਿੰਘ, ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕ ਰਣ ਪੰਜਾਬੀ। ਧੰਨਵਾਦ।